COVID-19 ਵੈਕਸੀਨੇਸ਼ਨ ਵਿੱਚ ਆਈ ਤੇਜ਼ੀ ਤੇ ਇਨਫੈਕਸ਼ਨ ਵਿੱਚ ਆਈ ਕਮੀ ਕਾਰਨ ਕਈ ਲੋਕਾਂ ਵੱਲੋਂ ਜਲਦ ਤੋਂ ਜਲਦ ਅਰਥਚਾਰੇ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਕਾਹਲੀ ਤੋਂ ਕੰਮ ਨਹੀਂ ਲੈਣਾ ਚਾਹੀਦਾ ਕਿਉਂਕਿ ਖਤਰਾ ਅਜੇ ਟਲਿਆ ਨਹੀਂ ਹੈ ਸਿਹਤ ਮਾਹਿਰਾਂ ਵੱਲੋਂ UK ਦੀ ਮਿਸਾਲ ਦਿੰਦਿਆਂ ਆਖਿਆ ਜਾ ਰਿਹਾ ਹੈ ਕਿ ਪਾਬੰਦੀਆਂ ਨੂੰ ਤੇਜ਼ੀ ਨਾਲ ਨਹੀਂ ਸਗੋਂ ਹੌਲੀ ਹੌਲੀ ਖੋਲ੍ਹਿਆ ਜਾਣਾ ਚਾਹੀਦਾ ਹੈ ਬ੍ਰਿਟੇਨ ਵਿੱਚ ਇਸ ਸਮੇਂ ਡੈਲਟਾ ਵੇਰੀਐਂਟ ਕਾਰਨ ਕਈ ਨਵੇਂ ਮਾਮਲੇ ਪੈਦਾ ਹੋ ਰਹੇ ਹਨ ਅਤੇ ਦੇਸ਼ ਨੂੰ ਆਪਣੀਆਂ ਰੀਓਪਨਿੰਗ ਸੰਬੰਧੀ ਯੋਜਨਾਵਾਂ ਅੱਗੇ ਪਾਉਣੀਆਂ ਪੈ ਰਹੀਆਂ ਹਨ ਇਹਨਾਂ ਵਿੱਚੋਂ ਬ੍ਰਿਟੇਨ ਵਿੱਚ COVID-19 ਦੇ ਮਾਮਲੇ ਨਾ ਮਾਤਰ ਰਹਿ ਗਏ ਸੀ ਪਰ ਮਈ ਦੇ ਮੱਧ ਤੋਂ ਇਹ ਫਿਰ ਵਧਣੇ ਸ਼ੁਰੂ ਹੋ ਗਏ ਹਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਸੀ ਕਿ ਡੈਲਟਾ ਵੇਰੀਐਂਟ ਫੈਲਣ ਕਾਰਨ ਪਾਬੰਦੀਆਂ ਹਟਾਉਣ ਦਾ ਸਿਲਸਿਲਾ 4 ਹਫ਼ਤਿਆਂ ਲਈ ਅੱਗੇ ਪਾ ਦਿੱਤਾ ਗਿਆ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਡੈਲਟਾ ਵੇਰੀਐਂਟ ਫੈਲਣ ਦੇ ਮਾਮਲੇ ਵਿੱਚ ਕੈਨੇਡਾ UK ਤੋਂ 1 ਮਹੀਨਾ ਪਿੱਛੇ ਹੈ